ਇਲੈਕਸ਼ਨ ਦੇ ਫੈਸਲੇ ਅਦਾਲਤਾਂ 'ਚ ਨਹੀਂ ਆਵਾਮ ਕੋਲ ਤੀਵਣ ਸ਼ਿਦਨ ਆਪਣਾ ਮੌਕਫ ਆਵਾਮ ਦੇ ਸਾਹਮਣੇ ਰੱਖ ਦਿੱਤੇ ਫੈਸਲਾ 5 ਜੁਲਾਈ ਕੋ ਵੋਟ ਦੀ ਤਾਕਤ ਨਾਲ ਦਿੱਸੀ ਸ਼ਾਹਿਦ ਖਾਕਾਨ ਅਬਾਸੀ ਦੀ ਮੀਡੀਆ ਨਾਲ ਗਾਲ ਮੋਹਲ ਨੂਨ ਲੀਗ ਦੇ ਖਿਲਾਫ ਜਗ ਤਰਫਾ ਕਾਰਵਾਈਆਂ ਤੀਆਂ ਪੈਣ 5 ਜੁਲਾਈ ਕੋ ਇਮਰਾਨ ਖਾਨ ਦੇ ਗੁਬਾਰੇ ਤੋਂ ਹਵਾ ਨਿਕਲਵੇ ਸੀ ਐਸਨ ਇਕਬਾਲ ਦਾ ਵਾਰ ਵੋਟਰਾਂ ਦੀ ਤਰਫੋਂ ਉਮੀਦਵਾਰਾਂ ਦੇ ਘਿਰਾਓ ਦਾ ਸਿਲਸਿਲਾ ਜਾਰੀ ਕਰਾਚੀ ਸ਼ਹਿਰੀ ਵੋਟ ਮੰਗਣ ਵਾਲੇ ਪੀ ਟੀ ਆਈ ਰਹਿਨੁਮਾ ਖੁਰਮ ਸ਼ੇਰ ਜ਼ਮਾਂ ਕੋ ਖਰੀ ਖਰੀ ਸੁਣਾਰਥੀ 5 ਸਾਲ ਠੱਡੀ ਕਾਢੀ ਇਸਮਲੀ ਦੇ ਘਰ 'ਚ ਬੈਠੇ ਰਹੀਏ 5 ਸਾਲਾਂ 'ਚ ਅਸਾਰੇ ਕਿਤੇ ਕਿਆ ਕੀਤਾ ਸ਼ਹਿਰੀ ਦੇ ਸਵਾਲਾਤ ਖੁਰਮ ਸ਼ੇਰ ਜ਼ਮਾਂ ਦੀਆਂ ਵਜ਼ਾਤਾਂ ਵੀ ਕੰਮ ਨਾ ਆਇਆ ਫਾਰੂਕ ਸੱਤਾਰ ਦਾ ਵੀ ਘਿਰਾਓ ਨਮਾਜ਼ੀਆਂ ਘਿਰ ਗਿਦਾ ਤਹਿਰੀਕ ਇਨਸਾਫ ਕੱਲ੍ਹ ਇਸਲਾਮਾਬਾਦ ਦੀ ਇਲੈਕਸ਼ਨ ਮੁਹਿੰਮ ਦੀ ਬਾਕਾਇਦਾ ਸ਼ੁਰੂਆਤ ਕਰਸੀ ਕੱਲ੍ਹ ਕਨਵੈਨਸ਼ਨ ਸੈਂਟਰ ਇਸਲਾਮਾਬਾਦ 'ਚ ਵੱਡਾ ਇਜਤਮਾਤ ਸੀ ਮੀਆਂਵਾਲੀ ਲਾਹੌਰ ਦੇ ਬਾਅਦ ਕਪਤਾਨ ਇਸਲਾਮਾਬਾਦ ਦੇ ਖਿਡਾਰੀਆਂ ਦਾ ਲਹੂ ਗਰਮੇ ਸਨ ਇਮਰਾਨ ਖਾਨ ਇਸਲਾਮਾਬਾਦ 'ਚ NA 53 ਤੋਂ ਉਮੀਦਵਾਰ ਹਨ ਸਾਬਕਾ ਬੋਰੇ ਸੋਨ ਮਿਆਨੀ ਨਾਲ ਦਰਿਆ ਸਿੰਧ ਦਾ ਕਟਾਓ ਤੇਜ਼ੀ ਨਾਲ ਜਾਰੀ 2010 ਦੇ ਸੈਲਾਬ ਦੇ ਬਾਅਦ ਪਰਿਆਵਰਣ ਦਾ ਹਿਫਾਜ਼ਤੀ ਮੰਚਨ ਬੰਦ ਤੇ ਵੀ ਕਟਾਓ ਸ਼ੁਰੂ ਮਹਿਕਮਾ ਇਰੀਗੇਸ਼ਨ ਦੀ ਤਰਫੋਂ ਹਿਫਾਜ਼ਤੀ ਇਕਦਾਮਾਤ ਨਾ ਕਿਤੇ ਵਰਣ ਤੇ ਸੈਂਕੜਾ ਇਲਾਕਾ ਮਕੀਨਾਂ ਦਾ ਇਤਜਾਜ ਫੌਰੀ ਨੋਟਿਸ ਗਿਰਨ ਦਾ ਮੁਤਾਲਬਾ